ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਗਣਿਤ ਮੈਥਸ ਦੀ ਕਿਤਾਬ ਤੇ ਉਹਦਾ 12ਵਾਂ ਚੈਪਟਰ ਪੈਰੀਮੀਟਰ ਐਂਡ ਏਰੀਆ। ਪਹਿਲਾਂ ਆਪਾਂ ਸਮਝ ਲੈਂਦੇ ਹਾਂ ਵੀ ਪੈਰੀਮੀਟਰ ਹੁੰਦਾ ਕੀ ਹੈ। ਦੇਖੋ, ਪੈਰੀਮੀਟਰ ਕਿਸੇ ਵੀ ਫਿਗਰ ਦੀ ਬਾਉਂਡਰੀ ਦੀ ਲੈਂਥ ਹੁੰਦੀ ਹੈ। ਆਮ ਤਰੀਕੇ ਨਾਲ ਸਮਝਾਵਾਂ ਤਾਂ ਮੰਨ ਲਓ ਤੁਸੀਂ ਇੱਕ ਸੂਟ ਜਿਹੜਾ ਹੈ ਉਹ ਸਿਲਨ ਲਈ ਦਿੱਤਾ, ਠੀਕ ਹੈ, ਦਰਜੀ ਨੂੰ ਦਿੱਤਾ, ਤੇ ਬਾਅਦ 'ਚ ਤੁਹਾਨੂੰ ਇਹ ਲੱਗਿਆ ਕਿ ਨਹੀਂ ਇਹਦੇ ਨਾ ਸਾਰੇ ਪਾਸੇ ਕੋਨੇ ਕੋਨੇ ਤੇ ਤੁਸੀਂ ਲੇਸ ਲਗਵਾਉਣੀ ਹੈ। ਤੇ ਫਿਰ ਉਹ ਕੀ ਕਰੇਗਾ, ਸਾਈਡ ਵਾਲੀ ਜਿੰਨੀ ਵੀ ਲੈਂਥ ਹੈਗੀ ਉਹਨੂੰ ਮਾਪ ਦੇਗਾ, ਤੁਸੀਂ ਗਲੇ ਤੇ ਵੀ ਲਗਵਾਉਣੀ ਹੈ, ਤੇ ਜਿਹੜੀ ਬਾਉਂਡਰੀ ਹੈ ਬਾਹਰ ਵਾਲੀ ਉਹ ਕੀ ਬਣ ਗਿਆ, ਇਹਦਾ ਪੈਰੀਮੀਟਰ ਬਣ ਗਿਆ। ਪਰ ਜੇ ਤੁਸੀਂ ਪੁੱਛੋ ਵੀ ਮੈਂ ਸੂਟ ਬਣਵਾਉਣਾ ਹੈ ਕੱਪੜਾ ਕਿੰਨਾ ਲੱਗੇਗਾ, ਤਾਂ ਉਹ ਜਿਹੜਾ ਹੈਗਾ ਹਿੱਸਾ ਜਿੰਨਾ ਕੱਪੜਾ ਲੱਗੇਗਾ ਉਹਨੂੰ ਆਪਾਂ ਕਹਿ ਸਕਦੇ ਹਾਂ ਅੰਗਰੇਜ਼ੀ ਦੇ ਵਿੱਚ ਅੰਦਰ ਵਾਲਾ ਹਿੱਸਾ, ਉਹ ਹੈਗਾ ਸਾਡਾ ਏਰੀਆ। ਸਮਝ ਪਤਾ ਲੱਗ ਗਿਆ, ਪੈਰੀਮੀਟਰ ਵਿੱਚ ਸਾਈਡਸ ਜਿੰਨੀਆਂ ਨੇ ਉਹਨਾਂ ਨੂੰ ਐਡ ਕਰ ਦਾਂਗੇ ਲੈਂਥ ਨੂੰ। ਏਰੀਆ ਦਾ ਹਰੇਕ ਫਿਗਰ ਦਾ ਆਪਣਾ ਆਪਣਾ ਫਾਰਮੂਲਾ ਹੁੰਦਾ ਹੈ। ਹੁਣ ਜਿਵੇਂ ਇੱਥੇ ਕਿਹਾ ਹੈ ਪੈਰੀਮੀਟਰ ਕੱਢੋ ਫਿਗਰਸ ਦਾ, ਇਹਦੇ ਵਿੱਚ ਕੀ ਕਰਾਂਗੇ, ਇਹ ਸਾਈਡ 5 ਸੈਂਟੀਮੀਟਰ ਹੈ, ਆ 7 ਹੈ, ਆ 8 ਹੈ, ਆ 6 ਹੈ, 4 ਦੀ 4 ਸਾਈਡਸ ਨੂੰ ਐਡ ਕਰ ਦਾਂਗੇ। ਲਿਖਾਂਗੇ ਪੈਰੀਮੀਟਰ ਇਜ਼ ਇਕੁਅਲ ਟੂ ਸਮ ਆਫ ਆਲ ਸਾਈਡਸ। ਕਿਹੜੀ ਕਿਹੜੀ ਸਾਈਡਸ ਹੈ ਜੋ ਆਪਾਂ ਸਿੱਖੀਆਂ ਸੀ 8th ਚੈਪਟਰ ਵਿੱਚ ਲਿਖੀਆਂ, ਇੱਕ ਏ ਬੀ ਹੈ, ਇੱਕ ਬੀ ਸੀ ਸਾਈਡ, ਇੱਕ ਸੀ ਡੀ ਹੈ ਤੇ ਇੱਕ ਡੀ ਹੈ, ਸਾਰਿਆਂ ਨੂੰ ਐਡ ਕਰ ਦੋਗੇ 26 ਸੈਂਟੀਮੀਟਰ ਆ ਜਾਏਗਾ। ਉਵੇਂ ਹੀ ਇਹਦੇ ਵਿੱਚ ਵੀ ਪੀ ਕਿਊ ਨੂੰ ਐਡ ਕਰੋਗੇ ਕਿਊ ਆਰ ਦੇ ਵਿੱਚ, ਫਿਰ ਐਸ ਆਰ, ਫਿਰ ਐਸ ਟੀ, ਫਿਰ ਯੂ ਟੀ, ਫਿਰ ਪੀ ਯੂ, ਸਾਰਿਆਂ ਨੂੰ ਐਡ ਕਰ ਦੋਗੇ ਤੁਹਾਡੇ ਕੋਲ ਪੈਰੀਮੀਟਰ ਆ ਜਾਏਗਾ। ਇਹਦੇ ਵਿੱਚ ਵੀ ਇੱਕ ਇੱਕ ਸਾਈਡ ਨੂੰ ਨਾਮ ਦੇ ਕੇ ਤੁਸੀਂ ਲਿਖੋਗੇ ਵੀ ਐਡ ਕਰਾਂਗੇ ਤਾਂ ਸਾਡੇ ਕੋਲ ਪੈਰੀਮੀਟਰ ਆ ਜਾਏਗਾ, ਪੈਰੀਮੀਟਰ ਸੈਂਟੀਮੀਟਰ ਵਿੱਚ ਆਏਗਾ। ਹੁਣ ਗੱਲ ਕਰਦੇ ਹਾਂ ਪੈਰੀਮੀਟਰ ਆਫ ਟ੍ਰਾਇੰਗਲ, ਉਹ ਕੀ ਹੋਏਗਾ ਜੇ ਇਹ ਪੈਰੀਮੀਟਰ ਹੈ ਟ੍ਰਾਇੰਗਲ ਏ ਬੀ ਸੀ ਦਾ, ਤੇ ਉਹਦੇ ਵਿੱਚ ਏ ਬੀ ਸਾਈਡ ਪਲੱਸ ਬੀ ਸੀ ਪਲੱਸ ਸੀ ਏ, ਯਾਨੀ ਕਿ ਏ ਦਾ ਨਾਂ ਹੈਗਾ ਸੀ ਪਲੱਸ ਏ ਪਲੱਸ ਬੀ, ਤਿੰਨਾਂ ਨੂੰ ਐਡ ਕਰ ਦਾਂਗੇ ਪੈਰੀਮੀਟਰ ਆ ਜਾਏਗਾ। ਪਰ ਜੇ ਆਪਾਂ ਗੱਲ ਕਰੀਏ ਇਕੁਇਲੇਟਰਲ ਟ੍ਰਾਇੰਗਲ ਦੀ, ਜਿਹਦੀ ਤਿੰਨੋਂ ਸਾਈਡਸ ਬਰਾਬਰ ਹੁੰਦੀਆਂ ਨੇ, ਜੇ ਏ ਐਸ ਹੈਗੀ ਹੈ, ਏ ਬੀ ਐਸ ਹੈ, ਏ ਬੀ ਐਸ ਹੈ, ਉਹ ਕਿੰਨਾ ਹੋ ਜਾਏਗਾ 3S, ਜਾਂ 3 ਨੂੰ ਮਲਟੀਪਲਾਈ ਕਰ ਦਿਓ ਇੱਕ ਲੈਂਥ ਦੇ ਨਾਲ, ਸਾਰੇ ਦੇ ਸਾਰਾ ਪੈਰੀਮੀਟਰ ਆ ਜਾਏਗਾ। ਠੀਕ ਹੈ, ਇਹ ਸਿਰਫ ਤੇ ਸਿਰਫ ਇਕੁਇਲੇਟਰਲ ਟ੍ਰਾਇੰਗਲ ਦੀ ਗੱਲ ਕੀਤੀ ਜਾ ਰਹੀ ਹੈ ਜਿਹਦਾ ਫਾਰਮੂਲਾ ਹੈ 3 ਮਲਟੀਪਲਾਈਡ ਲੈਂਥ ਆਫ ਸਾਈਡ ਆਫ ਟ੍ਰਾਇੰਗਲ। ਹੁਣ ਗੱਲ ਕਰਦੇ ਹਾਂ ਪੈਰੀਮੀਟਰ ਆਫ ਅ ਰੈਕਟੈਂਗਲ ਦੀ, ਰੈਕਟੈਂਗਲ ਦੇ ਵਿੱਚ ਕੀ ਹੁੰਦਾ, ਲੈਂਥ ਤੇ ਬ੍ਰੈਡਥ ਹੁੰਦੀ ਹੈ, ਇੱਕ ਸਾਈਡ ਪੀ ਕਿਊ ਉਹਦੇ ਵਿੱਚ ਐਡ ਕਰ ਦਿਓ ਕਿਊ ਆਰ, ਫਿਰ ਆਰ ਐਸ ਤੇ ਐਸ ਟੀ, ਇਹ ਕੀ ਹੋ ਗਿਆ ਲੈਂਥ ਪਲੱਸ ਬ੍ਰੈਡਥ ਪਲੱਸ ਲੈਂਥ ਪਲੱਸ ਬ੍ਰੈਡਥ, ਦੋ ਲੈਂਥ ਪਲੱਸ ਦੋ ਬ੍ਰੈਡਥ, ਜਿਹਨੂੰ ਆਪਾਂ ਇੱਦਾਂ ਲਿਖ ਸਕਦੇ ਹਾਂ 2 ਟਾਈਮਸ ਲੈਂਥ ਪਲੱਸ ਬ੍ਰੈਡਥ। ਇਹ ਪੈਰੀਮੀਟਰ ਆਫ ਰੈਕਟੈਂਗਲ ਦਾ ਫਾਰਮੂਲਾ ਤੁਹਾਨੂੰ ਪਤਾ ਹੋਣਾ ਚਾਹੀਦਾ, ਪਰ ਇੱਥੇ ਲਿਖਦੀ ਹਾਂ ਮੈਂ ਪੈਰੀਮੀਟਰ ਆਫ ਰੈਕਟੈਂਗਲ, ਇਹਦਾ ਫਾਰਮੂਲਾ ਕੀ ਹੈਗਾ, 2 ਟਾਈਮਸ ਲੈਂਥ ਪਲੱਸ ਬ੍ਰੈਡਥ, ਇਹੀ ਹੈਗਾ। ਪਰ ਮੰਨ ਲਓ ਤੁਹਾਨੂੰ ਕਿਹਾ ਕਿ ਜੀ ਪੈਰੀਮੀਟਰ ਦਿੱਤਾ ਹੋਇਆ, ਤੁਸੀਂ ਲੈਂਥ ਕੱਢੋ, ਫਿਰ ਤੁਸੀਂ ਕੀ ਕਰੋਗੇ, ਇਹ ਪਹਿਲਾਂ 2 ਇੱਥੇ ਮਲਟੀਪਲਾਈ ਹੋ ਰਹੇ, ਇੱਧਰ ਜਾ ਕੇ ਕੀ ਹੋ ਜਾਏਗਾ ਪੈਰੀਮੀਟਰ ਦੇ ਥੱਲੇ 2 ਆ ਜਾਏਗਾ, ਤੇ ਇੱਥੇ ਕੀ ਰਹਿ ਗਿਆ ਲੈਂਥ ਪਲੱਸ ਬ੍ਰੈਡਥ, ਸਾਨੂੰ ਲੈਂਥ ਕੱਢਣੀ ਹੈ, ਬ੍ਰੈਡਥ ਦਿੱਤੀ ਹੋਈ ਹੈ, ਤਾਂ ਇਹਦੇ ਵਿੱਚ ਪੈਰੀਮੀਟਰ ਬਾਈ 2, ਬ੍ਰੈਡਥ ਇੱਥੇ ਪੋਜ਼ਿਟਿਵ ਹੈ, ਇੱਥੇ ਜਾ ਕੇ ਨੈਗੇਟਿਵ ਹੋ ਜਾਏਗਾ, ਇਹ ਆ ਜਾਏਗਾ ਫਾਰਮੂਲਾ।
ਉਵੇਹੀ ਜੇ ਬ੍ਰੈਥ ਕੱਢਣੀ ਹੈ ਤਾਂ ਹੋ ਜਾਏਗਾ ਪੈਰੀਮੀਟਰ ਬਾਈ 2 ਮਾਈਨਸ ਲੈਂਥ ਇਜ਼ ਇਕੁਅਲ ਟੂ ਬ੍ਰੈਥ। ਉਹੀ ਫਾਰਮੂਲਾ ਇੱਥੇ ਲਿਖਿਆ ਹੋਇਆ। ਅੱਗੇ ਪੈਰੀਮੀਟਰ ਆਫ ਸਕੁਆਇਰ ਕੀ ਹੁੰਦਾ? ਸਾਰੀ ਸਾਈਡਸ ਨੂੰ ਐਡ ਕਰ ਦੋ, ਸਕੁਆਇਰ ਦੇ ਵਿੱਚ ਚਾਰੋ ਸਾਈਡਸ ਬਰਾਬਰ ਹੁੰਦੀਆਂ ਨੇ, ਫਾਰਮੂਲਾ ਆ ਜਾਏਗਾ 4 ਮਲਟੀਪਲਾਈਡ ਬਾਈ ਸਾਈਡ। 4s ਹੋ ਜਾਏਗਾ ਨਾ, 1s 2 3 4, 4 ਮਲਟੀਪਲਾਈਡ ਬਾਈ ਸਾਈਡ ਜਿਹੜੀ ਹੈ ਸਕੁਆਇਰ ਦੀ, ਉਹ ਪੈਰੀਮੀਟਰ ਹੋ ਗਿਆ। ਜੇ ਸਾਈਡ ਇੱਕ ਕੱਢਣੀ ਹੈ ਤਾਂ ਪੈਰੀਮੀਟਰ ਦਿੱਤਾ ਹੋਏਗਾ, ਉਹਨੂੰ 4 ਨਾਲ ਡਿਵਾਈਡ ਕਰ ਦੂੰਗੀ। ਕਿਉਂ? ਕਿਉਂਕਿ 4s ਕੀ ਹੁੰਦਾ ਹੈ? ਪੈਰੀਮੀਟਰ। ਸਾਈਡ ਕੱਢਣੀ ਹੈ, ਪੈਰੀਮੀਟਰ ਨੂੰ 4 ਦੇ ਨਾਲ ਡਿਵਾਈਡ ਕਰ ਦੂੰਗੀ। ਪੈਰੀਮੀਟਰ ਆਫ ਰੈਗੂਲਰ ਪੈਂਟਾਗਨ, ਪੈਂਟਾਗਨ ਯਾਨੀ 5 ਸਾਈਡ ਵਾਲਾ, ਉਹਦੇ ਵਿੱਚ ਕੀ ਹੋ ਜਾਏਗਾ? ਪੈਰੀਮੀਟਰ ਇਜ਼ ਇਕੁਅਲ ਟੂ 5 ਮਲਟੀਪਲਾਈਡ ਬਾਈ ਸਾਈਡ, ਕਿਉਂਕਿ 5 ਸਾਈਡਸ ਨੇ। ਹੈਕਸਾਗਨ ਦੇ ਵਿੱਚ ਪੈਰੀਮੀਟਰ ਇਜ਼ ਇਕੁਅਲ ਟੂ 6 ਮਲਟੀਪਲਾਈਡ ਬਾਈ ਸਾਈਡ। ਜੇ ਉਹਦੇ ਵਿੱਚ ਸਾਈਡ ਕੱਢਣੀ ਹੈ ਤਾਂ ਕੀ ਹੋ ਜਾਏਗਾ? ਪੈਰੀਮੀਟਰ ਬਾਈ 6, 6 ਇੱਧਰ ਚਲਾ ਜਾਏਗਾ ਨਾ, ਡਿਵਾਈਡ ਵਿੱਚ ਚਲਾ ਜਾਏਗਾ, ਪਹਿਲਾਂ ਮਲਟੀਪਲਾਈ ਦੇ ਵਿੱਚ ਹੈਗਾ। ਇਹੀ ਫਾਰਮੂਲੇ ਅਦਲਾ ਬਦਲੀ ਕਰਕੇ ਆਪਾਂ ਸੋਲਵ ਕਰ ਲੈਣਾ। ਹੁਣ ਜਿਵੇਂ ਇੱਥੇ ਕਿਹਾ ਗਿਆ ਪੈਰੀਮੀਟਰ ਜਿਹੜਾ ਟ੍ਰਾਇੰਗਲ ਦਾ ਉਹ ਕੱਢਣਾ, ਸਾਈਡਸ ਦਿੱਤੀਆਂ ਹੋਈਆਂ ਨੇ 1 6 ਮੀਟਰ, 1 8 ਤੇ 1 12, ਐਡ ਕਰ ਦੋਗੇ ਆਨਸਰ ਆ ਜਾਏਗਾ। ਪੈਰੀਮੀਟਰ ਆਫ ਆਈਸੋਸੈਲਸ ਟ੍ਰਾਇੰਗਲ, ਆਈਸੋਸੈਲਸ ਉਹ ਹੁੰਦਾ ਜਿਹਦੇ ਵਿੱਚ 2 ਸਾਈਡਸ ਬਰਾਬਰ ਹੁੰਦੀਆਂ ਨੇ, ਜਿਹਦੇ ਵਿੱਚ ਇਹਨਾਂ ਨੇ ਕਿਹਾ ਪੀ ਕਿਊ ਤੇ ਪੀ ਆਰ ਦੋਨੋਂ ਬਰਾਬਰ ਨੇ, 10 ਸੈਂਟੀਮੀਟਰ ਨੇ, ਤੇ ਕਿਊ ਆਰ ਜਿਹੜੀ ਹੈ 12, 10 ਪਲੱਸ 10 ਪਲੱਸ 12 ਤੁਹਾਡੇ ਕੋਲ ਪੈਰੀਮੀਟਰ ਆ ਜਾਏਗਾ। ਅੱਗੇ ਕਿਹਾ ਪੈਰੀਮੀਟਰ ਕੱਢਣਾ ਹੈ ਜੇ ਲੈਂਥ ਤੇ ਬ੍ਰੈਡਥ ਦਿੱਤੀ ਹੋਈ ਹੈ ਰੈਕਟੈਂਗਲ ਦੀ। ਚਲੋ ਇਹਨੂੰ ਕੱਢ ਲੈਂਦੇ ਹਾਂ, ਫਾਰਮੂਲਾ 2 ਮਲਟੀਪਲਾਈਡ ਲੈਂਥ ਪਲੱਸ ਬ੍ਰੈਡਥ, ਵੈਲਿਊ ਪੁੱਟ ਕਰ ਦਿਓ, ਐਡ ਕਰ ਦਿਓ, ਫਿਰ 2 ਨਾਲ ਮਲਟੀਪਲਾਈ ਕਰ ਦਿਓ, ਉਵੇਂ ਹੀ ਸਾਰੇ ਪਾਰਟਸ ਹੋ ਜਾਣਗੇ ਸੋਲਵ। ਅਗਲਾ ਪੈਰੀਮੀਟਰ ਆਫ ਸਕੁਆਇਰ ਕੱਢਣਾ ਹੈ, ਸਕੁਆਇਰ ਦਾ ਪੈਰੀਮੀਟਰ ਦਾ ਫਾਰਮੂਲਾ 4 ਮਲਟੀਪਲਾਈਡ ਬਾਈ ਸਾਈਡ, ਸਾਈਡ ਦਿੱਤੀ ਹੋਈ ਹੈ 4 ਨਾਲ ਮਲਟੀਪਲਾਈ ਕਰ ਦੋ, ਪੈਰੀਮੀਟਰ ਆ ਜਾਏਗਾ। ਪੈਰੀਮੀਟਰ ਆਫ ਰੈਗੂਲਰ ਹੈਕਸਾਗਨ, ਹੈਕਸਾਗਨ ਯਾਨੀ 6 ਸਾਈਡਸ ਵਾਲਾ, ਇਹ ਪਤਾ ਹੋਣਾ ਚਾਹੀਦਾ ਹੈ, ਪੈਂਟਾ 5 ਵਾਲਾ, ਚੈਪਟਰ 8 ਦੇ ਵਿੱਚ ਤੁਸੀਂ ਇਹ ਪੜਿਆ ਸੀ। ਇੱਕ ਸਾਈਡ ਦਿੱਤੀ ਗਈ ਹੈ ਹੈਕਸਾਗਨ ਦੀ, ਤੇ ਪੈਰੀਮੀਟਰ ਕੀ ਹੋ ਜਾਏਗਾ? 6 ਮਲਟੀਪਲਾਈਡ ਬਾਈ ਸਾਈਡ, ਕਿਉਂਕਿ 6 ਸਾਈਡਸ ਹੁੰਦੀਆਂ ਨੇ, ਉਹ ਆਪਾਂ ਕੱਢ ਲਾਂਗੇ। ਅੱਗੇ ਕਿਹਾ ਗਿਆ 2 ਸਾਈਡਸ ਆਫ ਅ ਟ੍ਰਾਇੰਗਲ ਐਨੇ ਤੇ ਐਨੇ ਸੈਂਟੀਮੀਟਰ ਨੇ, ਤੇ ਪੈਰੀਮੀਟਰ ਦਿੱਤਾ ਹੋਇਆ ਤੀਜੀ ਸਾਈਡ ਕਿੰਨੀ ਹੋਏਗੀ? ਪੈਰੀਮੀਟਰ ਵਿੱਚੋਂ 2 ਸਾਈਡਸ ਨੂੰ ਮਾਈਨਸ ਕਰ ਦੋਗੇ ਤਾਂ ਤੀਜੀ ਆ ਜਾਏਗੀ ਤੁਹਾਡੇ ਕੋਲ, ਹੈ ਨਾ, ਦੋਨਾਂ ਨੂੰ ਐਡ ਕਰ ਲਓ, ਉਹਨੂੰ ਪੈਰੀਮੀਟਰ ਵਿੱਚੋਂ ਕੱਢ ਦਿਓ, ਤੁਹਾਡੇ ਕੋਲ ਆਨਸਰ ਆ ਜਾਏਗਾ। ਅਗਲਾ ਪੈਰੀਮੀਟਰ ਆਫ ਐਨ ਇਕੁਇਲੇਟਰਲ ਟ੍ਰਾਇੰਗਲ ਐਨਾ ਹੈਗਾ, ਫਾਈਂਡ ਦ ਲੈਂਥ ਆਫ ਈਚ ਸਾਈਡ। ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ ਹੈ ਇਕਵੀਲੇਟਰਲ ਟ੍ਰਾਇੰਗਲ ਦਾ? 3 ਮਲਟੀਪਲਾਈਡ ਬਾਈ ਸਾਈਡ, ਪੈਰੀਮੀਟਰ 45 ਇਜ਼ ਇਕੁਅਲ ਟੂ 3 ਮਲਟੀਪਲਾਈਡ ਬਾਈ ਸਾਈਡ। ਇਹ 3 ਇੱਥੇ ਮਲਟੀਪਲਾਈ ਦਾ, ਉਧਰ ਜਾ ਕੇ ਕਿਹਦਾ ਹੋ ਜਾਏਗਾ ਡਿਵਾਈਡ ਦਾ, 45 ਨੂੰ 3 ਨਾਲ ਡਿਵਾਈਡ ਕਰੋ, ਸਾਈਡ ਆ ਜਾਏਗੀ। ਉਵੇਂ ਹੀ 9th ਐਗਜ਼ਾਮਪਲ ਵਿੱਚ ਕਿਹਾ ਗਿਆ ਵੀ ਪੈਰੀਮੀਟਰ ਇੱਕ ਸਕੁਆਇਰ ਲੋਨ ਦਾ ਦਿੱਤਾ ਗਿਆ, ਸਾਈਡ ਕੱਢਣੀ ਹੈ, ਸਕੁਆਇਰ ਦਾ ਫਾਰਮੂਲਾ ਪੈਰੀਮੀਟਰ ਦਾ 4 ਮਲਟੀਪਲਾਈਡ ਬਾਈ ਸਾਈਡ, ਪੈਰੀਮੀਟਰ ਥੱਲੇ ਪੈਰੀਮੀਟਰ, ਇਹ ਆ ਗਿਆ 4 ਮਲਟੀਪਲਾਈਡ ਬਾਈ ਸਾਈਡ, 4 ਉਧਰ ਚਲਾ ਜਾਏਗਾ ਡਿਵਾਈਡ ਦਾ ਹੋ ਜਾਏਗਾ, ਸਾਈਡ ਆ ਜਾਏਗੀ 72 ਨੂੰ 4 ਨਾਲ ਡਿਵਾਈਡ ਕਰਕੇ। ਉਵੇਂ ਹੀ ਪੈਰੀਮੀਟਰ ਰੈਕਟੈਂਗਲ ਦਾ ਦਿੱਤਾ ਹੋਇਆ ਹੈ, ਲੈਂਥ ਦਿੱਤੀ ਹੋਈ ਹੈ, ਬ੍ਰੈਡਥ ਕੱਢਣੀ ਹੈ, ਪੈਰੀਮੀਟਰ ਦਾ ਇਹ ਫਾਰਮੂਲਾ 80 ਇਜ਼ ਇਕੁਅਲ ਟੂ 2 ਮਲਟੀਪਲਾਈਡ ਬਾਈ ਲੈਂਥ ਕਿੰਨੀ ਹੈ 25 ਪਲੱਸ ਬ੍ਰੈਡਥ, ਇਦਾਂ ਦੀ ਇਦਾਂ ਰਹਿਣ ਦੋ, ਪਹਿਲਾਂ 2 ਨੂੰ ਹਟਾਓ, 2 ਉਧਰ ਜਾ ਕੇ ਡਿਵਾਈਡ ਦਾ ਹੋ ਜਾਏਗਾ,
ਇਹ ਆ ਗਿਆ 80 ਬਾਈ 2 ਇਜ਼ ਇਕੁਅਲ ਟੂ 25 ਪਲੱਸ ਬ੍ਰੈਥ, 80 ਨੂੰ 2 ਨਾਲ ਡਿਵਾਈਡ ਕੀਤਾ 40 ਆ ਜਾਏਗਾ। ਇਹਨੂੰ ਇਦਾਂ ਲਿਖ ਸਕਦੇ 25 ਪਲੱਸ ਬ੍ਰੈਥ ਇਜ਼ ਇਕੁਅਲ ਟੂ 40, 25 ਇੱਥੇ ਪਲੱਸ ਦਾ, ਉੱਧਰ ਜਾ ਕੇ ਕਿਹਦਾ ਹੋ ਜਾਏਗਾ ਮਾਈਨਸ ਦਾ, ਬ੍ਰੈਥ ਇਜ਼ ਇਕੁਅਲ ਟੂ 40 ਮਾਈਨਸ 25, 15 ਯੂਨਿਟ ਕੀ ਹੈ ਸੈਂਟੀਮੀਟਰ ਵਿੱਚ ਆਨਸਰ। ਅੱਗੇ ਚੱਲਦੇ ਹਾਂ। ਕਨਵਰਟ ਟੇਕਸ 5 ਰਾਉਂਡਸ ਆਫ ਅ ਸਕੁਆਇਰ ਪਾਰਕ, ਸਕੁਆਇਰ ਪਾਰਕ ਜਿਹਦੀ ਸਾਈਡ ਹੈਗੀ ਹੈ 135 ਮੀਟਰ, 5 ਚੱਕਰ ਲਾਉਂਦਾ, ਕਿੰਨਾ ਡਿਸਟੈਂਸ ਕਵਰ ਕੀਤਾ? ਪਹਿਲਾਂ ਤਾਂ ਪੈਰੀਮੀਟਰ ਕੱਢ ਦਿਓ, ਇੱਕ ਚੱਕਰ ਦਾ ਆ ਜਾਏਗਾ, 5 ਚੱਕਰ ਦਾ ਉਹਨੂੰ 5 ਨਾਲ ਮਲਟੀਪਲਾਈ ਕਰ ਦਿਓ, ਆਨਸਰ ਆ ਜਾਏਗਾ। ਆਨਸਰ ਮੀਟਰ ਦੇ ਵਿੱਚ, ਜੇ ਤੁਸੀਂ ਚਾਹੋ ਤਾਂ ਕਿਲੋਮੀਟਰ ਵਿੱਚ ਵੀ ਦੇ ਸਕਦੇ ਹੋ, ਉਹਨੂੰ 1000 ਨਾਲ ਡਿਵਾਈਡ ਕਰ। 5 ਚੱਕਰ ਲਾਏ ਨਾ, ਆਲੇ ਦੁਆਲੇ ਲਾਏ, 5 ਨਾਲ ਮਲਟੀਪਲਾਈ ਕਰ ਦਿਓ ਪੈਰੀਮੀਟਰ ਨੂੰ। ਉਵੇਂ ਹੀ ਅ ਗਾਰਡਨਰ ਵਾਂਟਸ ਟੂ ਫੈਂਸ ਇਸ ਰੈਕਟੈਂਗੂਲਰ ਗਾਰਡਨ ਆਫ ਲੈਂਥ ਐਨੇ ਤੇ ਬ੍ਰੈਥ ਐਨੇ, ਫੈਂਸ ਯਾਨੀ ਚਾਰੇ ਪਾਸੇ ਕੁਛ ਲਾਉਣਾ ਚਾਹੁੰਦਾ ਹੈ, ਰੈਕਟੈਂਗਲ ਗਾਰਡਨ ਹੈ, ਲੈਂਥ ਦਿੱਤੀ ਹੈ ਬ੍ਰੈਥ ਦਿੱਤੀ ਹੈ, ਸਭ ਤੋਂ ਪਹਿਲਾਂ ਤਾਂ ਪੈਰੀਮੀਟਰ ਕੱਢ ਲਓ, ਠੀਕ ਹੈ। ਇਫ ਹੀ ਵਾਂਟਸ ਟੂ ਯੂਜ਼ 3 ਲੇਅਰਸ ਆਫ ਵਾਇਰ, ਇੱਕ ਵਾਇਰ ਯਾਨੀ ਇੱਕ ਵਾਰ ਪੈਰੀਮੀਟਰ, ਉਹਨੇ 3 ਚੱਕਰ ਲਾਣੇ ਹੈ ਵਾਇਰ ਦੇ, ਕਿੰਨੀ ਲੰਬੀ ਵਾਇਰ ਚਾਹੀਦੀ ਉਹ ਕੱਢਣੀ ਹੈ, ਪੈਰੀਮੀਟਰ ਕੱਢ ਕੇ ਉਹਨੂੰ 3 ਨਾਲ ਗੁਣਾ ਕਰ ਦਿਓ, ਲੰਬਾਈ ਪਤਾ ਲੱਗ ਜੂਗੀ, ਕਿਉਂਕਿ 3 ਵਾਰ ਉਹਨੇ ਗੋਲ ਗੋਲ ਘੁਮਾਣਾ। ਅੱਗੇ ਫਾਈਂਡ ਦ ਕੋਸਟ ਆਫ ਕੰਸਟਰਕਟਿੰਗ ਵਾਲ ਅਰਾਊਂਡ ਅ ਸਕੁਆਇਰ ਪਾਰਕ ਆਫ ਸਾਈਡ 30 ਮੀਟਰ ਐਟ ਦ ਰੇਟ ਆਫ ਰੁਪੀਸ 500 ਪਰ ਰਨਿੰਗ ਮੀਟਰ। ਸਕੁਆਇਰ ਪਾਰਕ ਹੈਗਾ, ਸਾਈਡ 30 ਮੀਟਰ ਹੈਗੀ ਹੈ, ਠੀਕ ਹੈ। ਇਹਦੇ ਆਲੇ ਦੁਆਲੇ ਇੱਕ ਵਾਲ ਬਣਾਉਣੀ ਹੈ, ਦੀਵਾਰ ਬਣਾਉਣੀ ਹੈ, ਪਹਿਲਾਂ ਤੁਸੀਂ ਇਹਦਾ ਪੈਰੀਮੀਟਰ ਕੱਢ ਲਓਗੇ 4 ਮਲਟੀਪਲਾਈਡ 30 ਕਰਕੇ। ਹੁਣ 1 ਮੀਟਰ ਦੀ ਕੋਸਟ ਹੈਗੀ ਹੈ 500 ਰੁਪਏ ਤੇ 120 ਮੀਟਰ ਦੀ ਕੀ ਹੋ ਜਾਏਗੀ, 500 ਨੂੰ ਗੁਣਾ ਕਰ ਦੋਗੇ ਉਨੀ ਕੋਸਟ ਆ ਜਾਏਗੀ। ਅਗਲਾ, ਇਫ ਦ ਲੈਂਥ ਆਫ ਅ ਰੈਕਟੈਂਗਲ ਇਜ਼ ਐਕਸ ਯੂਨਿਟਸ, ਲੈਂਥ ਐਕਸ ਹੈ, ਬ੍ਰੈਥ 3 ਯੂਨਿਟ ਹੈ, ਪੈਰੀਮੀਟਰ ਕੀ ਹੋਏਗਾ? ਫਾਰਮੂਲੇ ਵਿੱਚ ਵੈਲਿਊ ਪੁੱਟ ਕਰ ਦੋ। ਫਾਰਮੂਲਾ ਕੀ ਹੁੰਦਾ? 2 ਮਲਟੀਪਲਾਈਡ ਲੈਂਥ ਪਲੱਸ ਬ੍ਰੈਥ, 2 ਮਲਟੀਪਲਾਈਡ ਲੈਂਥ ਕਿੰਨੀ ਹੈ ਐਕਸ, ਬ੍ਰੈਥ ਕਿੰਨੀ ਹੈ 3। ਆਨਸਰ ਯੂਨਿਟਸ ਦੇ ਵਿੱਚ ਆਏਗਾ, ਕਿਉਂਕਿ ਇਹ ਜਿਹੜਾ ਯੂਨਿਟ ਹੈ ਯੂਨਿਟਸ ਦੇ ਵਿੱਚ ਦਿੱਤਾ ਗਿਆ। ਹੁਣ ਆਪਾਂ ਟਰਾਈ ਕਰਦੇ ਹਾਂ ਐਕਸਰਸਾਈਜ਼ 12.1, ਸਾਡੇ ਤੋਂ ਸੋਲਵ ਹੁੰਦੀ ਹੈ ਜਾਂ ਨਹੀਂ। ਫਾਈਂਡ ਦ ਪੈਰੀਮੀਟਰ ਆਫ ਦ ਸ਼ੇਪਸ, ਇਹਨਾਂ ਦਾ ਪੈਰੀਮੀਟਰ ਕੱਢਣਾ ਹੈ, ਪਹਿਲੇ ਵਾਲੇ ਦਾ ਕੱਢਦੇ ਹਾਂ। ਇੱਥੇ ਲਿਖਾਂਗੇ ਪੈਰੀਮੀਟਰ, ਪੂਰਾ ਲਿਖਣਾ ਇਜ਼ ਇਕੁਅਲ ਟੂ, ਸਾਰੀ ਸਾਈਡਸ ਨੂੰ ਐਡ ਕਰਨਾ ਹੈ, ਪਹਿਲਾਂ ਸਾਈਡਸ ਦੇ ਨਾਮ ਏ ਬੀ ਪਲੱਸ ਬੀ ਸੀ ਪਲੱਸ ਸੀ ਡੀ ਪਲੱਸ ਚੌਥੀ ਡੀ ਏ। ਕਿਹਨੂੰ ਕਿਹਨੂੰ ਐਡ ਕੀਤਾ? 8 ਸੈਂਟੀਮੀਟਰ ਪਲੱਸ 7 ਸੈਂਟੀਮੀਟਰ ਪਲੱਸ 12 ਸੈਂਟੀਮੀਟਰ ਪਲੱਸ 9 ਸੈਂਟੀਮੀਟਰ, ਸਾਰਿਆਂ ਨੂੰ ਐਡ ਕਰੂੰਗੇ 36 ਸੈਂਟੀਮੀਟਰ ਆ ਜਾਏਗਾ ਆਨਸਰ। ਇਹ ਸੈਕਿੰਡ ਪਾਰਟ ਦੇ ਵਿੱਚ ਪੈਰੀਮੀਟਰ ਕਿੰਨਾ ਆਏਗਾ? ਐਕਸ ਵਾਈ ਪਲੱਸ ਵਾਈ ਜ਼ੈਡ ਪਲੱਸ ਐਕਸ ਜ਼ੈਡ, ਕਿਹਨੂੰ ਕਿਹਨੂੰ ਐਡ ਕਰੋਗੇ? 10 ਮੀਟਰ ਪਲੱਸ 10 ਮੀਟਰ ਪਲੱਸ 8 ਮੀਟਰ, ਇਹ ਆ ਗਿਆ 28 ਮੀਟਰ ਆਨਸਰ। ਉਵੇਂ ਹੀ ਤੀਜਾ ਪਾਰਟ, ਇਹਦੇ ਵਿੱਚ ਐਡ ਕਰਾਂਗੇ ਪੀ ਕਿਊ ਪਲੱਸ ਕਿਊ ਆਰ ਅਗਲੀ ਸਾਈਡ ਪਲੱਸ ਆਰ ਐਸ ਪਲੱਸ ਐਸ ਪੀ, ਕਿੰਨੀ ਕਿੰਨੀ ਹੈ? 15 ਸੈਂਟੀਮੀਟਰ ਪਲੱਸ 12 ਸੈਂਟੀਮੀਟਰ ਪਲੱਸ 15 ਸੈਂਟੀਮੀਟਰ ਪਲੱਸ 12 ਸੈਂਟੀਮੀਟਰ, ਸਾਰਿਆਂ ਨੂੰ ਐਡ ਕਰੋਗੇ 54 ਸੈਂਟੀਮੀਟਰ ਆਨਸਰ ਆ ਜਾਏਗਾ। ਅੱਗੇ ਚੱਲਦੇ ਹਾਂ, ਨੈਕਸਟ ਇਹਦਾ ਕੱਟਦੇ ਹਾਂ, ਸਾਰੀ ਸਾਈਡਸ ਲਿਖਦੇ ਹਾਂ, ਇੱਦਾਂ ਕਰਦੇ ਹਾਂ ਐਮ ਐਨ ਤੋਂ ਸ਼ੁਰੂ ਕਰਦੇ ਹਾਂ, ਐਮ ਐਨ ਪਲੱਸ
NO प्लस OP प्लस PL प्लस LM, एक ही लिखे PL, ऐड कर दो 8 सेंटीमीटर प्लस 7 सेंटीमीटर प्लस 5 सेंटीमीटर प्लस 6 सेंटीमीटर प्लस 7 सेंटीमीटर, आंसर आ जाएगा 33 सेंटीमीटर। यही पंजवा पार्ट AB तो शुरू करते हैं, फिर इदां जावांगे थल्ले। साइड AB प्लस BC प्लस CD प्लस DE प्लस EF प्लस FG प्लस GM प्लस MA, लेंथ किन्नी किन्नी है? 8 मीटर प्लस 2 मीटर प्लस 6 मीटर प्लस 4 मीटर प्लस 6 मीटर प्लस 2 मीटर प्लस 8 ते 8 मीटर, ऐड करूंगे 44 मीटर, आंसर आ जाएगा पेरीमीटर। अगले दे विच शुरू करते हैं, इदां करते हैं, इथों एल ए दिता होया नाम, अंदर इस कोने दा एम, एदा ओ है, एदा क्यू है, एदा एस है। एल एम प्लस एम एन प्लस एन ओ प्लस ओ पी प्लस पी क्यू प्लस क्यू आर प्लस आर एस प्लस एस एल, सारे नु ऐड कर दो। 3 सेंटीमीटर प्लस 3 सेंटीमीटर प्लस 3 सेंटीमीटर, चौथी बार भी 3, पंजवी बार, छेवीं, सत्तवीं ते अठवीं, ऐड करूंगे आ जाएगा 24 सेंटीमीटर आंसर। अगे चलते हैं, सेकंड क्वेश्चन, फाइंड द पेरीमीटर ऑफ ट्रायंगल जिदी साइड्स दिती हुई है। इथे लिखते हैं नु, ऐदा लिखते हैं, पेरीमीटर ऑफ अ ट्रायंगल, फॉर्मूला की है सम ऑफ लेंथ ऑफ ऑल साइड्स। पहले विच किन्नी है? 5, 6 ते 7, तीनों आपा देख ले सेंटीमीटर विच है। ये आ गया 5 सेंटीमीटर प्लस 6 सेंटीमीटर प्लस 7 सेंटीमीटर, 18 सेंटीमीटर आंसर। सेकेंड पार्ट 10, 12 ते 18 तीनों मीटर विच है कि नहीं? 10 मीटर प्लस 12 मीटर प्लस 18 मीटर, आंसर आ गया 40 मीटर। तीजा तीनों सेंटीमीटर दे विच है कि नहीं? 4.6 सेंटीमीटर दे विच ऐड करना है 3.2 सेंटीमीटर ते 5.8, डेसिमल दे थले डेसिमल आएगा, ऐड कर दूंगी आ जाएगा 13.6 सेंटीमीटर। तीजा क्वेश्चन, फाइंड द पेरीमीटर ऑफ एन आइसोसेलेस ट्रायंगल। आइसोसेलेस का मतलब दो साइड्स बराबर ने, विद 15 सेंटीमीटर एज लेंथ, एक हैगी है 15 सेंटीमीटर, ऑफ इक्वल साइड्स, ए भी 15 ए भी 15 ते 18 सेंटीमीटर बेस है। फॉर्मूला उही लिखांगे, इथे लिख दें साइड्स ऑफ आइसोसेलेस ट्रायंगल किनिया किनिया ने? 15 सेंटीमीटर, 15 ते 18 सेंटीमीटर। पेरीमीटर ऑफ आइसोसेलेस ट्रायंगल की हुंदा है पेरीमीटर का फॉर्मूला? सम ऑफ लेंथ ऑफ ऑल साइड्स, 15 सेंटीमीटर प्लस 15 सेंटीमीटर प्लस 18 सेंटीमीटर, ये आ गया 48 सेंटीमीटर आंसर। चौथा, फाइंड द पेरीमीटर ऑफ अ स्क्वायर विद साइड ए। चलो इथे लिख दें, सब तो पहला
साइड ऑफ स्क्वायर पहले पार्ट विच दी गई है 16 सेंटीमीटर। हम फॉर्मूला पता होना चाहिए, पेरीमीटर ऑफ स्क्वायर द फॉर्मूला है 4 मल्टीप्लाइड बाय साइड। इतने आ गया 4 मल्टीप्लाइड बाय 16 सेंटीमीटर, मल्टीप्लाई करूंगी 64 सेंटीमीटर आंसर आ जाए। दूसरा पार्ट है गया 4.8 मिलीमीटर, 4.8 mm, 4.8 नो मल्टीप्लाई करूंगी 4 दे नाल, ये आ गया 4 8 जा 32, 2 3 उत्ते गया, 4 4 जा 16, 3 ऐड करो 17 18 19, ये आ गया 19.2। क्यों? क्योंकि डेसिमल तो बाद सिर्फ एक डिजिट है, इतने डर लाना है एक डिजिट, ये आ गया 19.2 मिलीमीटर। तीजा 125 सेंटीमीटर, 125 सेंटीमीटर, 4 नू 125 सेंटीमीटर ना मल्टीप्लाई करूंगी, आ गया 500 सेंटीमीटर पेरीमीटर। उस तो बाद 45 मीटर, 45 मीटर, 45 मीटर नू 4 नाल मल्टीप्लाई कीता 180 मीटर आंसर। पंजवा 39 सेंटीमीटर साइड है कि ये 39 सेंटीमीटर, 4 नाल मल्टीप्लाई कीता आ गया 156 सेंटीमीटर। पंजवा क्वेश्चन, फाइंड द पेरीमीटर ऑफ अ रेक्टेंगल जिहदी लेंथ ते ब्रेड्थ दिती हुई है, ओही करना है आपां, फॉर्मूला लाना है। इथे लिखते हैं लेंथ ऑफ रेक्टेंगल, पहले केस दे विच दिती गई है 20 मीटर, फिर आ गया ब्रेड्थ ऑफ रेक्टेंगल 15 मीटर, पेरीमीटर ऑफ रेक्टेंगल का जिहड़ा फॉर्मूला है लिखना जरूरी है, 2 मल्टीप्लाइड बाय लेंथ प्लस ब्रेथ। ये आ गया 2 मल्टीप्लाइड बाय लेंथ 20 है, ब्रेथ 15 है, पहला दोनों नू ऐड करूंगी 2 मल्टीप्लाइड बाय 35, 70 मीटर दे विच आंसर आएगा। दूजे पार्ट विच 25 मीटर लेंथ है, 35 मीटर ब्रेथ हैगी है, ये आ गया 25 प्लस 35, 2 मल्टीप्लाइड बाय बन गया 60, आंसर आ गया 120 मीटर। ये सारा वही चीज दोबारा लिखनी है। थर्ड केस दे विच लेंथ है कि है 40 सेंटीमीटर ते ब्रेथ है कि है 28 सेंटीमीटर, ये आ गया 40 प्लस 28 ऐड कीता 68, मल्टीप्लाई करूंगे 136 सेंटीमीटर आंसर। फोर्थ पार्ट दे विच 18.3 सेंटीमीटर लेंथ है, 6.8 ब्रेथ है की है, 18.3 प्लस 6.8 ऐड ना इदा करांगे, डेसिमल थल्ले डेसिमल आएगा, जब ऐड करूंगे आ गया 25.1 मल्टीप्लाई करके 50.2 सेंटीमीटर विच आंसर। अगे है गया 12.5, ए है गया सेंटीमीटर ते ए है गया साडे कोल सेंटीमीटर, दोनों सेंटीमीटर दे विच हैगे ने 12.5 सेंटीमीटर, ते दूजा है गया 15 सेंटीमीटर। 12.5 दे विच 15 ऐड करूंगे, 12.5 दे विच 15 इतना ऐड होंगे, ये आ जाएगा थोड़े कोल 27.5, जब मल्टीप्लाई करूंगे 55 सेंटीमीटर आंसर आ जाएगा। अगे चलते हैं सिक्स्थ क्वेश्चन, फाइंड द पेरीमीटर ऑफ रेगुलर हेक्सागन, हेक्सागन यानी 6 साइड्स वाला, ये दे भी चोही आ गया, पहला दिता हुआ है साइड ऑफ
रेगुलर हेक्सागन किन्नी दिती है पहले केस दे विच 5 सेंटीमीटर। फॉर्मूला लिख दो, पेरीमीटर ऑफ रेगुलर हेक्सागन आपा पढ़िया सी 6 × साइड, ए हो गया 6 × 5, 30 यूनिट की है सेंटीमीटर। दूजा है गया 12 सेंटीमीटर, साइड 12 सेंटीमीटर, 6 × 12 करो ये आ गया 72 सेंटीमीटर पेरीमीटर। तीजा है गया 7.2 सेंटीमीटर, ये आ गया 7.2 सेंटीमीटर, 6 × 7.2 सेंटीमीटर दे नाल मल्टीप्लाई करूंगी आंसर आ जाएगा 43.2 सेंटीमीटर। अगला, फाइंड द पेरीमीटर ऑफ इक्विलेटरल ट्रायंगल। इक्विलेटरल ट्रायंगल यानी तीनों साइड्स बराबर ने, इनू आपा इथे लिख दे हैं, साइड ऑफ इक्विलेटरल ट्रायंगल जो दिती है 10 सेंटीमीटर है, पेरीमीटर ऑफ इक्विलेटरल ट्रायंगल वो होंगे 3 × साइड, साइड 10 हैगी है, 3 × 10 सेंटीमीटर ही आ गया 30 सेंटीमीटर। दूजा पार्ट जेड़ा है वो है गया 8 मीटर, साइड 8 मीटर है, तीनों 8 मीटर ना मल्टीप्लाई करो ये आ गया 24 मीटर। थर्ड पार्ट 24 मीटर, एक साइड 24 मीटर है, पेरीमीटर हो गया 3 × साइड, 3 × 24, 72 मीटर। अगला 5.6 मीटर हैगी है साइड, 3 × 5.6 मीटर दे नाल मल्टीप्लाई कीता ये आ गया 16.8 मीटर। नेक्स्ट 12.1 सेंटीमीटर, 3 × 12.1 सेंटीमीटर ये आ गया 36.3 सेंटीमीटर आंसर। आगे चलते हैं नेक्स्ट क्वेश्चन। If the perimeter of a triangle is nna and two sides are nna te nna, tiji side kinni hai? Enu solve karan liye aapa likhange. Jo ditta hoya perimeter of triangle jada ditta hoya hai, oh hai gaya 48 centimeter. Sum of length of two sides nu add karange, jo si 12 centimeter plus 17 centimeter, a a gaya 29 centimeter. थर्ड साइड नू किवें लिखांगे, पेरीमीटर माइनस करांगे सम ऑफ लेंथ ऑफ टू साइड्स, ए लिखांगे, ए आ गया 48 सेंटीमीटर माइनस 29 सेंटीमीटर, 19 सेंटीमीटर थर्ड साइड साडे कोल आ जाएगी। अगला नाइन्थ क्वेश्चन, फाइंड द साइड ऑफ एन इक्विलेटरल ट्रायंगल। साइड काटनी है, पेरीमीटर दिता हुआ, पेरीमीटर का फॉर्मूला 3 × s होंगे, चलो इथे दिता हुआ है, पेरीमीटर ऑफ इक्विलेटरल ट्रायंगल इज इक्वल टू 45 सेंटीमीटर। हूँ पेरीमीटर का फॉर्मूला की होंगे, 3 × साइड ऑफ ट्रायंगल, पेरीमीटर कितना है 45, 3 × साइड नो एस लिख दिए, उन्हें 3 इथे डिवाइड दा हो जाएगा, आ गया 45 / 3
इज इक्वल टू साइड जब डिवाइड करोगे आ गया 15 सेंटीमीटर जेडी साइड है की जे पार्ट विच पेरीमीटर देता है 69 मिलीमीटर 69 मिलीमीटर ये आ गया 69 इज इक्वल टू 3 मल्टीप्लाइड बाय साइड 3 डिवाइड कर दोगे 69 नू 3 ਦੇ ਨਾਲ ਡਿਵਾਈਡ ਆ ਗਿਆ 23 ਮਿਲੀਮੀਟਰ ਆਨਸਰ ਤੀਜਾ ਪਾਰਟ ਹੈਗਾ 107 ਸੈਂਟੀਮੀਟਰ 17 ਸੈਂਟੀਮੀਟਰ 117 ਸੈਂਟੀਮੀਟਰ ਇਜ਼ ਇਕੁਅਲ ਟੂ 3 ਮਲਟੀਪਲਾਈਡ ਬਾਈ ਸਾਈਡ 117 ਨੂੰ 3 ਨਾਲ ਡਿਵਾਈਡ ਕਰੋਗੇ ਆਨਸਰ ਆ ਜਾਏਗਾ 39 ਸੈਂਟੀਮੀਟਰ 10th ਕੁਐਸਚਨ ਫਾਈਂਡ ਦਾ ਸਾਈਡ ਆਫ ਸਕੁਐਰ ਇਫ ਪੈਰੀਮੀਟਰ ਦਿੱਤਾ ਹੋਇਆ ਸਾਈਡ ਕੱਢਣੀ ਹੈ ਉਦਾਂ ਹੀ ਸੋਲਵ ਕਰਾਂਗੇ ਜਿਵੇਂ ਉੱਤੇ ਵਾਲਾ ਕੀਤਾ ਇੱਥੇ ਲਿਖਾਂਗੇ ਪੈਰੀਮੀਟਰ ਆਫ ਸਕੁਐਰ ਜੋ ਦਿੱਤਾ ਹੋਇਆ ਉਹ ਕਿੰਨਾ ਹੈ 52 ਸੈਂਟੀਮੀਟਰ ਪੈਰੀਮੀਟਰ ਆਫ ਸਕੁਐਰ ਦਾ ਫਾਰਮੂਲਾ ਹੈ 4 ਮਲਟੀਪਲਾਈਡ ਬਾਈ ਸਾਈਡ ਇਹ ਆ ਗਿਆ 52 ਇਜ਼ ਇਕੁਅਲ ਟੂ 4 ਮਲਟੀਪਲਾਈਡ ਬਾਈ ਸਾਈਡ 4 ਉਧਰ ਜਾ ਕੇ ਡਿਵਾਈਡ ਹੋ ਜਾਏਗਾ 52 ਬਾਈ 4 ਇਜ਼ ਇਕੁਅਲ ਟੂ ਸਾਈਡ ਜਦ ਡਿਵਾਈਡ ਕਰੋਗੇ ਆਨਸਰ ਆ ਜਾਏਗਾ 13 ਸੈਂਟੀਮੀਟਰ ਸਾਈਡ ਦੂਜਾ ਪੈਰੀਮੀਟਰ ਜਿਹੜਾ ਦਿੱਤਾ ਹੋਇਆ ਹੈਗਾ 60 ਸੈਂਟੀਮੀਟਰ 60 ਸੈਂਟੀਮੀਟਰ 60 ਇਜ਼ ਇਕੁਅਲ ਟੂ 4 ਮਲਟੀਪਲਾਈਡ ਬਾਈ ਸਾਈਡ 60 ਨੂੰ ਡਿਵਾਈਡ ਕੀਤਾ 4 ਦੇ ਨਾਲ 15 ਸੈਂਟੀਮੀਟਰ ਆਨਸਰ ਤੀਸਰੇ ਕੇਸ ਦੇ ਵਿੱਚ ਹੈਗਾ 112 ਸੈਂਟੀਮੀਟਰ 112 ਸੈਂਟੀਮੀਟਰ ਇਜ਼ ਇਕੁਅਲ ਟੂ 4 ਮਲਟੀਪਲਾਈਡ ਬਾਈ ਸਾਈਡ 112 ਨੂੰ 4 ਨਾਲ ਡਿਵਾਈਡ ਕਰੋਗੇ 28 ਸੈਂਟੀਮੀਟਰ ਸਾਈਡ ਆ ਜਾਏਗੀ ਅੱਗੇ ਚੱਲਦੇ ਹਾਂ 11th ਕੁਐਸਚਨ ਦਾ ਪੈਰੀਮੀਟਰ ਆਫ ਰੈਕਟੈਂਗੂਲਰ ਫੀਲਡ ਐਨ ਹੈ ਲੈਂਥ ਇੰਨੀ ਹੈ ਬ੍ਰੈਡਥ ਕਿੰਨੀ ਹੋਏਗੀ ਉਦਾਂ ਹੀ ਕੱਢਾਂਗੇ ਇੱਥੇ ਲਿਖੋ ਪਹਿਲਾਂ ਪੈਰੀਮੀਟਰ ਆਫ ਰੈਕਟੈਂਗੂਲਰ ਫੀਲਡ ਕਿੰਨਾ ਹੈ 260 ਮੀਟਰ ਫੇਰ ਲਿਖੋਗੇ ਜੋ ਦਿੱਤਾ ਹੋਇਆ ਉਹ ਲਿਖਣਾ ਜ਼ਰੂਰੀ ਹੈ ਲੈਂਥ ਆਫ ਰੈਕਟੈਂਗੂਲਰ ਫੀਲਡ ਉਹ ਹੈਗੀ ਹੈ 80 ਮੀਟਰ ਪੈਰੀਮੀਟਰ ਇਜ਼ ਇਕੁਅਲ ਟੂ 2 ਟਾਈਮਸ ਲੈਂਥ ਪਲੱਸ ਬ੍ਰੈਡਥ ਪੈਰੀਮੀਟਰ ਕਿੰਨਾ ਹੈ 260 ਇਜ਼ ਇਕੁਅਲ ਟੂ 2 ਟਾਈਮਸ ਲੈਂਥ ਹੈ 80 ਬ੍ਰੈਡਥ ਨੂੰ ਬੀ ਰਹਿਣ ਦੋ ਪਹਿਲਾਂ ਇਹ 2 ਇੱਥੇ ਮਲਟੀਪਲਾਈ ਦਾ ਉੱਥੇ ਜਾ ਕੇ ਕੀਦਾ ਹੋ ਜਾਏਗਾ ਡਿਵਾਈਡ ਦਾ 2 ਨਾਲ ਡਿਵਾਈਡ ਕੀਦੋ ਇਹ ਇਦਾਂ ਦਾ ਇਦਾਂ 260 ਨੂੰ 2 ਨਾਲ ਡਿਵਾਈਡ ਕਰੋਗੇ ਇਹ ਤੁਹਾਡੇ ਕੋਲ 130 ਆ ਜਾਏਗਾ 80 ਪਲੱਸ ਵੀ 80 ਪਲੱਸ ਦਾ ਉੱਧਰ ਜਾ ਕੇ ਮਾਈਨਸ ਦਾ ਹੋ ਜਾਏਗਾ ਬ੍ਰੈਡਥ ਆ ਜਾਏਗੀ ਤੁਹਾਡੇ ਕੋਲ 50 ਮੀਟਰ ਯੂਨਿਟ ਸੇਮ ਹੋਣਾ ਬਹੁਤ ਜ਼ਰੂਰੀ ਹੈ ਮੀਟਰ ਵਿੱਚ ਸੀ ਉਹ ਵੀ ਮੀਟਰ ਵਿੱਚ ਹੈ ਅਗਲਾ ਪੈਰੀਮੀਟਰ ਆਫ ਰੈਕਟੈਂਗੂਲਰ ਗਾਰਡਨ ਇੰਨਾ ਹੈ ਬ੍ਰੈਡਥ ਇੰਨੀ ਹੈ ਲੈਂਥ ਕਿੰਨੀ ਹੋਏਗੀ ਪੈਰੀਮੀਟਰ ਆਫ ਰੈਕਟੈਂਗੂਲਰ ਗਾਰਡਨ ਹੈਗਾ 140 ਮੀਟਰ ਉਸ ਤੋਂ ਬਾਅਦ ਬ੍ਰੈਡਥ ਦਿੱਤੀ ਹੋਈ ਹੈ ਰੈਕਟੈਂਗੂਲਰ ਗਾਰਡਨ ਦੀ 45 ਮੀਟਰ ਵੈਲਿਊ ਪੁੱਟ ਕਰ ਦਿਓ 140 ਇਜ਼ ਇਕੁਅਲ ਟੂ 2 ਮਲਟੀਪਲਾਈਡ ਬਾਏ ਲੈਂਥ ਪਲੱਸ ਬ੍ਰੈਡਥ ਕਿੰਨੀ ਹੈ 45 ਇਹ 2 ਉਧਰ ਡਿਵਾਈਡ ਦਾ ਹੋ ਜਾਏਗਾ 140 ਨੂੰ 2 ਨਾਲ ਡਿਵਾਈਡ ਕਰੋ ਇਹ ਆ ਗਿਆ ਲੈਂਥ ਪਲੱਸ 45 ਡਿਵਾਈਡ ਕਰੋਗੇ ਜਾਂ 2 ਦੇ ਨਾਲ ਇਹ ਸਾਡੇ ਕੋਲ 70 ਇਜ਼ ਇਕੁਅਲ ਟੂ ਲੈਂਥ ਪਲੱਸ 45 ਇਹ 45 ਇਧਰ ਪਲੱਸ ਦਾ ਉਧਰ ਜਾ ਕੇ ਮਾਈਨਸ ਦਾ ਹੋ ਜਾਏਗਾ 70 ਵਿੱਚੋਂ 45 ਗਏ ਲੈਂਥ ਆ ਗਈ 25 ਯੂਨਿਟ ਮੀਟਰ ਤੀਜੇ ਪਾਰਟ ਵਿੱਚ ਕਿਹਾ ਗਿਆ ਪੈਰੀਮੀਟਰ ਆਫ ਰੈਕਟੈਂਗਲ ਇਜ਼ ਐਨ ਏ ਸੈਂਟੀਮੀਟਰ ਲੈਂਥ ਦਿੱਤੀ ਹੋਈ ਹੈ ਬ੍ਰੈਡਥ ਕਿਤਨੀ ਹੈ ਆ ਦੇਖੋ
ਪੈਰੀਮੀਟਰ ਆਫ ਰੈਕਟੈਂਗਲ 114 ਸੈਂਟੀਮੀਟਰ ਹੈ, ਲੈਂਥ ਜਿਹੜੀ ਹੈਗੀ ਹੈ ਉਹ ਹੈਗੀ ਹੈ 32 ਸੈਂਟੀਮੀਟਰ। ਪੈਰੀਮੀਟਰ 114, 2 ਮਲਟੀਪਲਾਈਡ ਬਾਈ ਲੈਂਥ 32 ਪਲੱਸ ਬ੍ਰੈਥ ਕੱਢਣੀ ਹੈ। 114 ਨਾਲ ਇਸ 2 ਦੇ ਨਾਲ ਡਿਵਾਈਡ ਕਰ ਦੋ, 32 ਪਲੱਸ ਬ੍ਰੈਥ ਰਹਿ ਗਿਆ। 114 ਨੂੰ 2 ਦੇ ਨਾਲ ਡਿਵਾਈਡ ਕਰੋਗੇ ਆ ਜਾਏਗਾ 57 ਇਜ਼ ਇਕੁਅਲ ਟੂ 32 ਪਲੱਸ ਬ੍ਰੈਥ। ਇਹ 32 ਪਲੱਸ ਦਾ ਉੱਧਰ ਜਾ ਕੇ ਮਾਈਨਸ ਦਾ ਹੋ ਜਾਏਗਾ, ਮਾਈਨਸ ਕਰੋਗੇ ਬ੍ਰੈਥ ਆ ਜਾਏਗੀ 25 ਸੈਂਟੀਮੀਟਰ। ਅੱਗੇ ਚੱਲਦੇ ਹਾਂ 12th ਕੁਐਸਚਨ। ਦ ਸਾਈਡਸ ਆਫ ਟ੍ਰਾਇੰਗੂਲਰ ਫੀਲਡ ਆ ਰਹਿੰਦੇ ਇੰਨੇ ਇੰਨੇ ਟ੍ਰਾਇੰਗੂਲਰ ਫੀਲਡ ਐਂਡ ਸਾਈਡਸ ਦਿੱਤੀ ਹੋਈ ਹੈ। ਫਾਈਂਡ ਦ ਟੋਟਲ ਡਿਸਟੈਂਸ ਟਰੈਵਲਡ ਬਾਈ ਅ ਬੋਏ ਇਨ ਟੇਕਿੰਗ 2 ਕੰਪਲੀਟ ਰਾਊਂਡਸ ਆਫ ਦਿਸ ਫੀਲਡ। ਇਹ ਫੀਲਡ ਹੈ, 2 ਚੱਕਰ ਲਾਏ, ਕਿੰਨਾ ਡਿਸਟੈਂਸ ਕਵਰ ਕੀਤਾ। ਪੈਰੀਮੀਟਰ ਕੱਢ ਲਓ, ਉਹਨੂੰ 2 ਨਾਲ ਗੁਣਾ ਕਰ ਦਿਓ, ਇਹੀ ਹੋਏਗਾ। ਪਹਿਲਾਂ ਆਪਾਂ ਲਿਖਦੇ ਹਾਂ ਸਾਈਡਸ ਆਫ, ਜੋ ਦਿੱਤਾ ਹੋਇਆ ਉਹ ਲਿਖ ਲਓ, ਟ੍ਰਾਇੰਗੂਲਰ ਫੀਲਡ ਇਜ ਇਕੁਅਲ ਟੂ 15 ਮੀਟਰ, 20 ਮੀਟਰ ਐਂਡ 18 ਮੀਟਰ। ਫਿਰ ਆਪਾਂ ਲਿਖਾਂਗੇ, ਦੇਖੋ ਡਿਸਟੈਂਸ ਕਵਰਡ ਇਨ 1 ਰਾਊਂਡ ਇਜ ਇਕੁਅਲ ਟੂ, ਪੈਰੀਮੀਟਰ ਹੋ ਜਾਏਗਾ ਆਫ ਟ੍ਰਾਇੰਗੂਲਰ ਫੀਲਡ ਦਾ ਪੈਰੀਮੀਟਰ। ਪੈਰੀਮੀਟਰ ਕਿੰਨਾ ਹੈ? 15 ਮੀਟਰ ਪਲੱਸ 20 ਮੀਟਰ ਪਲੱਸ 18 ਮੀਟਰ, ਇਹ ਆ ਗਿਆ 53 ਮੀਟਰ। ਹੁਣ ਉਹਨੇ 2 ਗੇੜੇ ਲਾਏ ਸੀ, ਤਾਂ ਆਪਾਂ ਲਿਖਾਂਗੇ ਡਿਸਟੈਂਸ ਕਵਰਡ ਇਨ 2 ਰਾਊਂਡਸ, 53 ਮਲਟੀਪਲਾਈਡ ਬਾਈ 2 ਹੋ ਗਿਆ 106 ਮੀਟਰ। ਅਗਲਾ ਕੁਐਸਚਨ, ਫਾਈਂਡ ਦ ਕੋਸਟ ਆਫ ਫੈਂਸਿੰਗ ਅ ਸਕੁਆਇਰ ਫੀਲਡ ਆਫ ਸਾਈਡ ਐਨ। ਆ ਸਕੁਆਇਰ ਫੀਲਡ, ਉਹਦੀ ਸਾਈਡ ਦਿੱਤੀ ਹੋਈ ਹੈ, ਸਾਈਡ ਤੇ ਫੈਂਸਿੰਗ ਹੁੰਦੀ ਹੈ ਕੋਨੇ ਕੋਨੇ ਤੇ, 1 ਮੀਟਰ ਦੀ ਕੋਸਟ ਐਨੀ ਹੈ। ਪਹਿਲਾਂ ਆਪਾਂ ਪੈਰੀਮੀਟਰ ਕੱਢ ਲੈਂਦੇ ਹਾਂ, ਸਾਈਡ ਆਫ ਸਕੁਆਇਰ ਫੀਲਡ ਜੋ ਦਿੱਤੀ ਹੈ ਉਹ ਹੈਗੀ ਹੈ 26 ਮੀਟਰ। ਸਾਨੂੰ ਪਤਾ ਹੈ ਪੈਰੀਮੀਟਰ ਜਿਹੜਾ ਹੈਗਾ ਹੈ ਆਫ ਸਕੁਆਇਰ ਉਹ ਹੁੰਦਾ ਹੈ 4 ਮਲਟੀਪਲਾਈਡ ਬਾਈ ਸਾਈਡ, 4 ਮਲਟੀਪਲਾਈਡ ਬਾਈ 26 ਮੀਟਰ, ਇਹ ਆ ਗਿਆ 104 ਮੀਟਰ। ਹੁਣ ਕੋਸਟ ਆਫ 1 ਮੀਟਰ ਆਫ ਫੈਂਸਿੰਗ, 1 ਮੀਟਰ ਦੀ ਜਿਹੜੀ ਕੋਸਟ ਹੈਗੀ ਉਹ ਹੈਗੀ ਹੈ 3 ਰੁਪਏ। ਕੋਸਟ ਆਫ ਫੈਂਸਿੰਗ 104 ਮੀਟਰ ਕਿੰਨਾ ਹੋ ਜਾਏਗਾ? 3 ਨੂੰ 104 ਨਾਲ ਗੁਣਾ ਕਰ ਦਿਓ, ਇਹ ਆ ਗਿਆ 312 ਰੁਪੀਜ਼ ਆਨਸਰ। ਅਗਲਾ, ਮਨੀ ਰਨਸ ਅਰਾਊਂਡ ਅ ਸਕੁਆਇਰ ਪਾਰਕ, ਮਨੀ ਸਕੁਆਇਰ ਪਾਰਕ ਦੇ ਆਲੇ ਦੁਆਲੇ ਭੱਜਦਾ ਹੈ ਜਿਹਦੀ ਸਾਈਡ ਹੈ 75 ਮੀਟਰ। ਖੁਸ਼ ਰਨਸ ਅਰਾਊਂਡ ਅ ਰੈਕਟੈਂਗੂਲਰ ਪਾਰਕ, ਖੁਸ਼ ਰੈਕਟੈਂਗੂਲਰ ਪਾਰਕ ਦੇ ਆਲੇ ਦੁਆਲੇ ਭੱਜਦਾ ਜਿਹਦੀ ਲੈਂਥ ਤੇ ਬ੍ਰੈਥ ਦਿੱਤੀ ਹੋਈ ਹੈ। ਕੌਣ ਘੱਟ ਡਿਸਟੈਂਸ ਕਵਰ ਕਰਦਾ ਹੈ? ਦੋਨਾਂ ਦਾ ਪੈਰੀਮੀਟਰ ਕੱਢ ਲਓ। ਪਹਿਲਾਂ ਕੱਢਦੇ ਹਾਂ ਸਾਈਡ ਆਫ ਸਕੁਆਇਰ ਪਾਰਕ, 75 ਮੀਟਰ ਹੈ। ਪੈਰੀਮੀਟਰ ਆਫ ਸਕੁਆਇਰ ਪਾਰਕ ਉਹ ਸਾਨੂੰ ਪਤਾ ਹੈ 4 ਮਲਟੀਪਲਾਈਡ ਬਾਈ ਸਾਈਡ, 4 ਮਲਟੀਪਲਾਈਡ ਬਾਈ 75, 300 ਮੀਟਰ ਆ ਗਿਆ। ਇਹ ਪਹਿਲਾ ਕੇਸ ਹੈ, ਇਹਨੂੰ ਲਿਖ ਸਕਦੇ ਹਾਂ ਇਹ ਡਿਸਟੈਂਸ ਜਿਹੜਾ ਹੈ ਕਵਰ ਕੀਤਾ ਹੈ ਮਨੀ ਨੇ 300 ਮੀਟਰ, ਇਹ ਪਹਿਲਾ ਪਾਰਟ ਦਾ ਆਨਸਰ। ਦੂਜੇ ਦੀ ਗੱਲ ਕਰਦੇ ਹਾਂ, ਲੈਂਥ ਆਫ ਰੈਕਟੈਂਗੂਲਰ ਪਾਰਕ ਜਿਹੜੀ ਹੈਗੀ ਹੈ ਉਹ ਹੈਗੀ ਹੈ 60 ਮੀਟਰ,
ब्रेड्थ जेडी है रेक्टेंगुलर पार्क दी वो दिती गई है 45 मीटर। पेरीमीटर का फॉर्मूला होता है 2 मल्टीप्लाइड बाय लेंथ प्लस ब्रेड्थ। ए हो गया 2 मल्टीप्लाइड बाय 60 प्लस 45, 2 मल्टीप्लाइड बाय 105, 210 मीटर। इनू आप लिख सकते हैं डिस्टेंस कवर्ड बाय खुश। दो सौ दस मीटर उनकी ने घट डिस्टेंस कवर किया, वो 300 है 110 है, आप लिख दिए खुश कवर्ड लेस डिस्टेंस, कट डिस्टेंस उन्हें कवर किया। आगे चलते हैं 15th क्वेश्चन। कॉस्ट ऑफ फ्रेमिंग अ रेक्टेंगुलर व्हाइट बोर्ड ऑफ लेंथ एनए ते ब्रेड्थ एनए एट द रेट ऑफ इन्हें पर सेंटीमीटर। फ्रेम करना है, फ्रेम कोने कोने ते होंगे, पेरीमीटर कर लो, 1 सेंटीमीटर की कॉस्ट इन्नी है, उस पेरीमीटर की कितनी होगी, इनू आप उदा ही सॉल्व कर दें। लेंथ ऑफ रेक्टेंगुलर वाइट बोर्ड, ये पूरा लिखना जरूरी है, 240 सेंटीमीटर। ब्रेड्थ ऑफ रेक्टेंगुलर वाइट बोर्ड 150 सेंटीमीटर। पेरीमीटर का की फॉर्मूला है, 2 मल्टीप्लाइड बाय लेंथ प्लस ब्रेड्थ, 2 मल्टीप्लाइड बाय 240 प्लस 150, 2 मल्टीप्लाइड बाय 390 आ गया 780 सेंटीमीटर। हुन कॉस्ट ऑफ फ्रेमिंग 1 सेंटीमीटर सी ₹6, ते कॉस्ट ऑफ फ्रेमिंग 780 सेंटीमीटर कितना हो जाएगा, 6 मल्टीप्लाइड बाय 780 आ गया ₹4680। अगला क्वेश्चन, इफ द लेंथ ऑफ रेक्टेंगल इज ए यूनिट्स, ब्रेड्थ इज बी यूनिट्स, पेरीमीटर की होएगा। देखो लेंथ ऑफ रेक्टेंगल कितना है, ए यूनिट, सेंटीमीटर मीटर नहीं यूनिट्स है, उवे ही दिती हुई है ब्रेड्थ ऑफ रेक्टेंगल, वो भी यूनिट्स दे विच 5 यूनिट्स है। फिर तुसी लिखोगे पेरीमीटर ऑफ रेक्टेंगल, उदा फॉर्मूला की है 2 मल्टीप्लाइड बाय लेंथ प्लस ब्रेड्थ, ये आ गया 2 मल्टीप्लाइड बाय a प्लस 5 यूनिट्स दे। ओके फिल इन द ब्लैंक्स, द सम ऑफ लेंथ्स ऑफ ऑल साइड्स ऑफ अ पॉलीगन इज कॉल्ड, लेंथ्स नु ऐड कर दिए वो की बनता है, पेरीमीटर। पेरीमीटर ऑफ स्क्वायर द फार्मूला 4 मल्टीप्लाइड बाय साइड, पेरीमीटर ऑफ रेक्टेंगल 2 टाइम्स लेंथ प्लस ब्रेड्थ। साइड ऑफ अ स्क्वायर वो की हुंदा है, पेरीमीटर नु किदे नाल डिवाइड कर दो, 4 दे नाल। पेरीमीटर ऑफ एन इक्विलेटरल ट्राइंगल ओ हो गया 3 मल्टीप्लाइड बाय साइड। ए सी की अज की क्लास से मैं उम्मीद कर रही हूँ कि थानू ये एक्सरसाइज चंगे तरीके नाल समझ आ गई होएगी, पेरीमीटर एरिया की होंगे ये पता लग गया होएगा। जो वीडियो वधिया लगी कॉमेंट सैक्शन के जरूर दस्यो अपने आंसर्स, ते लाइक शेयर करना ना भूलियो वीडियो नू। आपा फिर मिलांगे, टिल देन टेक केयर, बाय बाय।